Thank you.
कई जन्म गजमीन करंगा गत की माई बाप कत केरा के दूथाओ हमें आए अग्न बिंब जल पीतर निपजे काहे काम अपाए मेरे साहबा कौन जाने गुण तेरे के न जानी अवगुण मेरे केते रुख बिरख मचीने केते पशु उपाए केते नाग कुली में आए केते पंख उड़ाए बहुत जन्म बिछरे थे माधव ये जन्म तुम्हारे लिखे गैर विदास आस लग जीवो चिर भया दर्शन देखे लिखे विच लालो जी जन्म तुम्हारे लिखे लिखे विच लालो जन्म तुम्हारे लिखे सब माई पाई जग जग टल से गुरु ग्रंथ साहब महाराज जिन्हों की कृपा का सदका आप सारे ही गुरबाणी गुरु महाराज ने बचन गुरु इतिहास साध संगत विच जुड़ बैठन का समा मिले गुरबाणी गाव हो पाई उस सफल सदा सुखदाई आयो सुन पढ़न को बाणी नाम बसार लगे अनलालच बिरथा जन्म पुराने जदों सुनी दा है सारे इको जे नहीं होंदे ना बुद्ध इको जी होंदी है एक होंदी है मलीन बुद्ध मलीन बुद्ध हसनई जो कृपा गोबिंद पई हौली हौली ठीक हो सकता है गंदे पानी दियां लहरां भी गंदियां जिन्हां लोकां दी बुद्ध मलीन है उन्हां दे विचार उन्हां दे ख्याल भी उहो जिहे
ਸੋ ਦੂਸਰੀ ਹੁੰਦੀ ਹੈ ਨਰਮਦਾ ਬੁੱਧ ਸੁਣਿਆ ਤੇ ਭੁੱਲ ਗਿਆ, ਸੁਣਿਆ ਤੇ ਭੁੱਲ ਗਿਆ। ਤੀਸਰੀ ਹੁੰਦੀ ਹੈ ਚਮੜਾ ਬੁੱਧ, ਭੋਗ ਪਿਆ ਘਰ ਗਏ ਭੁੱਲ ਗਿਆ। ਚੌਥੀ ਹੁੰਦੀ ਹੈ ਤੀਲੀਆ ਬੁੱਧ, ਯਾਦ ਤਾਂ ਹੁੰਦਾ ਹੈ, ਕਈਆਂ ਨੂੰ ਸਾਰੀ ਰਹਿਤ ਮਰਿਆਦਾ ਯਾਦ ਹੁੰਦੀ ਹੈ ਪਰ ਉਹ ਰੱਖਦੇ ਨਹੀਂ, ਖਾਲੀ ਯਾਦ ਤੱਕ ਹੀ ਸੀਮਤ ਨੇ ਬਸ। ਪੰਜਵੀਂ ਹੁੰਦੀ ਹੈ ਤੀਖਣ ਬੁੱਧ, ਕੋਈ ਬਚਨ ਕਰੇ ਉਸਨੂੰ ਕੱਟਣ ਵਾਸਤੇ ਤਿਆਰ ਰਹਿਣਾ, ਜਿਵੇਂ ਲੋਹਾ ਹੁੰਦਾ ਹੈ ਉਹਨੂੰ ਸਾਨ 'ਤੇ ਲਾਈਏ ਹੌਲੀ ਹੌਲੀ ਬਹੁਤ ਤਿੱਖਾ ਹੋ ਜਾਂਦਾ। ਇਸੇ ਤਰ੍ਹਾਂ ਕਿਤਾਬਾਂ ਪੜ੍ਹੀ ਜਾਣੀਆਂ ਅਤੇ ਬੁੱਧ ਤਿੱਖੀ ਹੋ ਜਾਣੀ। ਵੇਦ ਪੁਰਾਣ ਸਿਮਰਤ ਵੋ ਸਾਸਤ ਇਨ ਪੜ੍ਹਿਆ ਮੁਕਤ ਨਾ ਹੋਈ, ਮੁਕਤੀ ਤਾਂ ਹੁੰਦੀ ਨਹੀਂ। ਸੋ ਉਸਨੂੰ ਪੰਜਵੀਂ ਤੀਖਣ ਬੁੱਧ ਕਹਿੰਦੇ ਨੇ। ਛੇਵੀਂ ਹੁੰਦੀ ਹੈ ਸ੍ਰੇਸ਼ਟ ਬੁੱਧ, ਬੜੇ ਵਿਚਾਰਵਾਨ ਹੁੰਦੇ ਨੇ, ਲੋਕ ਚੰਗੇ ਹੁੰਦੇ ਨੇ, ਸਿਆਣੇ ਹੁੰਦੇ ਨੇ ਪਰ ਉਲਝਣ ਵਿੱਚ ਪਏ ਰਹਿੰਦੇ ਨੇ, ਉਹਨਾਂ ਨੂੰ ਇਹ ਨਹੀਂ ਪਤਾ ਵੀ ਮਾਇਆ ਕੀ ਹੈ ਅਤੇ ਰੱਬ ਕੀ ਹੈ। ਸੱਤਵੀਂ ਹੁੰਦੀ ਹੈ ਵਿਵੇਕ ਬੁੱਧ, ਜਿਵੇਂ ਦੁੱਧ ਪਾਣੀ ਮਿਲਾ ਦੇਈਏ, ਹੰਸ ਵਿੱਚ ਚੁੰਝ ਪਾਏਗਾ, ਦੁੱਧ ਖਾ ਲੈਣਾ ਪਾਣੀ ਛੱਡ ਦੇਣਾ, ਪੁੱਛੋ ਜਾਏ ਵਿਵੇਕੀਆਂ। ਸੋ ਜਿਹੜੇ ਵਿਵੇਕ ਬੁੱਧ ਵਾਲੇ ਨੇ ਉਹ ਮਾਇਆ ਨਾਲ ਚਿੱਤ ਤੋੜ ਲੈਂਦੇ ਨੇ, ਵਾਹਿਗੁਰੂ ਜੀ ਨਾਲ ਜੋੜ ਲੈਂਦੇ ਨੇ, ਉਹਨਾਂ ਦੇ ਵਿਚਾਰ ਰੂਪੀ ਚੁੰਝ ਵਿੱਚ ਬੰਦਗੀ ਕਰਕੇ ਜਿਹੜਾ ਭਗਤੀ ਵਿੱਚੋਂ ਸਿਮਰਨ ਵਿੱਚੋਂ ਗਿਆਨ ਪੈਦਾ ਹੁੰਦਾ ਹੈ ਉਹਦੇ ਨਾਲ ਉਹ ਨਿਰਣਾ ਕਰ ਲੈਂਦੇ ਨੇ। ਫਿਰ ਜਿਵੇਂ ਮਰਗਾਬੀ ਰਹਿੰਦੀ ਹੈ ਪਾਣੀ ਵਿੱਚ, ਪਾਣੀ ਵਿੱਚ ਰਹਿੰਦੇ ਹੋਏ ਵੀ ਉਹਨਾਂ ਦੇ ਬੁੱਧ ਰੂਪੀ ਖੰਭ ਨਹੀਂ ਭਿੱਜਦੇ, ਨਰਲੇਪ ਹੀ ਰਹਿੰਦੇ ਨੇ। ਜੈਸੇ ਜਲ ਮੈਂ ਕਵਲ ਰਾਵਲ ਮਰਗਾ ਵੀ ਨਿਸ਼ਾਨ ਹੈ, ਸ਼ਬਦ ਸੁਤ ਪਵ ਸਾਗਰ ਤਰੀ ਹੈ, ਨਾਨਕ ਨਾਮ ਵਿਖਾਣਾ। ਗਿਆਨ ਜਿਹੜਾ ਹੁੰਦਾ ਹੈ ਇਹ ਚਾਰ ਕਿਸਮ ਦਾ ਹੁੰਦਾ ਹੈ। ਪਹਿਲਾ ਹੁੰਦਾ ਹੈ ਸਰਵਣ ਗਿਆਨ, ਜਿਵੇਂ ਖੁੱਲ੍ਹੇ ਥਾਂ 'ਤੇ ਅੱਗ ਬਲਦੀ ਹੋਵੇ, ਬਾਰਿਸ਼ ਪਈ ਤਾਂ ਬੁੱਝ ਗਈ। ਦੂਸਰਾ ਹੁੰਦਾ ਹੈ ਮੰਨਣ ਗਿਆਨ, ਜਿਵੇਂ ਸਮੁੰਦਰ ਵਿੱਚ ਅੱਗ ਹੈ ਉਹ ਬੁੱਝਦੀ ਨਹੀਂ, ਸਮੁੰਦਰ ਨੂੰ ਸੀਮਤ ਰੱਖਣ ਵਾਸਤੇ। ਜਿਹਨਾਂ ਲੋਕਾਂ ਨੇ ਸਮੁੰਦਰ ਦੇਖਿਆ ਹੈ ਉੱਥੇ ਉਹ ਜਾਣਦੇ ਨੇ ਵੀ ਉਹ ਕਿਵੇਂ ਅੱਗ ਚੱਕਰ ਕੱਟਦੀ ਹੈ, ਵਿੱਚ ਹੀ ਰਹਿੰਦੀ ਉਹਦੇ। ਸੋ ਉਸ ਤੋਂ ਅੱਗੇ ਨਿਰਿਆਸਨ ਗਿਆਨ, ਜਿਵੇਂ ਆਕਾਸ਼ ਹੈ ਉਹ ਬਿਜਲੀ ਹੈ ਮੇਰੀ ਅੱਗ, ਕੋਈ ਉੱਥੇ ਪਾਣੀ ਦਾ ਅਸਰ ਨਹੀਂ, ਕੋਈ ਬਰਫਾਂ ਦਾ ਅਸਰ ਨਹੀਂ ਹੈ। ਚੌਥਾ ਜਿਹੜਾ ਹੈ ਨਾ ਮੰਨਣ ਸਰਵਣ ਮੰਨਣ ਦਿਆਸਣ ਸਾਕਸ਼ਾਤ, ਉਹ ਅੱਗ ਹੀ ਅੱਗ, ਹੋਰ ਕੁਛ ਨਹੀਂ। ਅੱਗ ਦੀ ਪਰਲੋ ਜਿਵੇਂ ਆ ਜਾਂਦੀ ਹੈ ਉਹਦੇ ਵਿੱਚ ਸਭ ਕੁਛ ਹੀ ਆ ਜਾਂਦਾ, ਅੰਤਰ ਵਸਾ ਹੈ ਬਾਹਰ ਵੀ ਹੋਈ, ਆਪੇ ਪਾਵਕ ਆਪੇ ਪਵਨਾ, ਜਾ ਰਹੇ ਖਸਮ ਤਾਂ ਰਾਖੇ ਕਵਨਾ। ਇਹ ਬਹੁਤ ਉੱਚੇ ਵਚਨ ਨੇ ਗੁਰਬਾਣੀ ਦੇ ਅੰਦਰ, ਇੱਕ ਭਿਆਨਕ ਨੇ, ਰੋਚਕ ਨੇ, ਯਥਾਰਥ ਨੇ। ਸੋ ਗੁਰਬਾਣੀ ਜਿਹੜੀ ਹੈ ਇਹ ਜਿਵੇਂ ਆਪਾਂ ਸਮਝਦੇ ਹਾਂ ਆਪਣੇ ਆਪਣੇ ਹਿਸਾਬ ਨਾਲ, ਆਪ ਆਪਣੀ ਬੁੱਧ ਹੈ ਜੇਤੀ। ਕੁਛ ਲੋਕ ਤਾਂ ਇਹ ਪੜ੍ਹਦੇ ਨੇ ਪਾਠ ਕਰੀ ਜਾਂਦੇ ਨੇ, ਦੂਸਰਾ ਇਹ ਹੈ ਵੀ ਉਹਨੂੰ ਵਿਚਾਰ ਕੇ ਪੜ੍ਹਦੇ ਨੇ ਵੀ ਕੋਈ ਸਿਆਰੀ ਗਿਆਰੀ ਗਲਤ ਤਾਂ ਨਹੀਂ ਹੋ ਰਹੀ, ਆਪਣੇ ਵੱਲੋਂ ਗਲਤੀ ਨਹੀਂ ਕਰਨੀ, ਕੁਦਰਤੀ ਕੋਈ ਹੋ ਜਾਏ ਉਹ ਤਾਂ ਭੁੱਲਣ ਅੰਦਰ ਸਾਹਿਬ ਕੋ ਭੁੱਲ ਗੁਰੂ ਕਰਤਾਰ। ਜੇ ਜਾਣ ਬੁੱਝ ਕੇ ਪੜਿਆ ਰਾਮ ਰਾਏ ਜੀ ਨੇ ਮਿੱਟੀ ਬਈ ਮਾਨ ਦੀ, ਸੱਤਵੀਂ ਪਾਤਸ਼ਾਹੀ ਗੁਰੂ ਮਹਾਰਾਜ ਕਹਿੰਦੇ ਠੀਕ ਹੈ ਸਾਡਾ ਪੁੱਤਰ ਹੈ ਉਹ ਗੱਲ ਵੱਖਰੀ ਹੈ ਪਰ ਅਸੀਂ ਮੱਥੇ ਨਹੀਂ ਲਾਉਣਾ, ਬਸ ਜਿੱਧਰ ਮੂੰਹ ਨਾ ਉੱਧਰ ਹੀ ਚਲਾ ਜਾ। ਸੋ ਇਸ ਤਰ੍ਹਾਂ ਬਾਣੀ ਬਿਰਲੋ ਵਿਚਾਰ ਸੀ, ਜੇ ਕੋਈ ਗੁਰਮੁਖ ਹੋਏ ਇਹ ਬਾਣੀ ਮਹਾਂਪੁਰਖੀ ਨਿਜ ਘਰ ਵਾਸਾ ਹੋਏ। ਤੀਸਰਾ ਹੁੰਦਾ ਵੀ ਉਹਦੇ ਅਰਥ ਜਾਣ ਕੇ ਪੜ੍ਹਨਾ ਵੀ ਮਹਾਰਾਜ ਕੀ ਕਹਿੰਦੇ ਨੇ ਸਾਨੂੰ। ਚੌਥਾ ਹੁੰਦਾ ਉਹ ਜੋ ਅਸੀਂ ਪਾਠ ਕਰਦੇ ਹਾਂ, ਨਿਤਨੇਮ ਕਰਦੇ ਹਾਂ ਸਵੇਰੇ ਉੱਠ ਕੇ, ਪੰਜ ਬਾਣੀਆਂ ਜਪਜੀ ਸਾਹਿਬ ਜਾਪ ਸਾਹਿਬ ਸਵਈਏ ਚੌਪਈ ਆਨੰਦ ਸਾਹਿਬ ਚਾਲੀ ਪੌੜੀਆਂ, ਉਹਦੇ ਭਾਵ ਵਿੱਚ ਲੀਨ ਹੋ ਜਾਣਾ।
ਜਿਵੇਂ ਕੋਈ ਕਿਸੇ ਰਿਸ਼ਤੇਦਾਰ ਦੀ ਚਿੱਠੀ ਆਉਂਦੀ ਹੈ, ਬੜੀ ਉਹ ਦੁੱਖਾਂ ਭਰੀ ਲਿਖੀ ਹੈ, ਨਾਲੇ ਪੜ੍ਹੀ ਜਾਂਦਾ ਨਾਲੇ ਰੋਈ ਜਾਂਦਾ, ਕਿ ਉਹਦੇ ਨਾਲ ਪ੍ਰੇਮ ਹੈ ਰਿਸ਼ਤੇਦਾਰ ਨਾਲ। ਜਦੋਂ ਮਹਾਰਾਜ ਨਾਲ ਪ੍ਰੇਮ ਹੋ ਜਾਏਗਾ, ਗੁਰਬਾਣੀ ਨਾਲ ਪਿਆਰ ਹੋ ਜਾਏਗਾ, ਫਿਰ ਇਸ ਤਰ੍ਹਾਂ ਹੀ ਹੋਏਗਾ, ਬਹੁਤ ਪ੍ਰੇਮ ਨਾਲ ਪੜ੍ਹੇਗਾ। ਪੰਜਵਾਂ ਹੁੰਦਾ ਹੈ ਵੀ ਗੁਰਬਾਣੀ, ਉਹਨੂੰ ਹਜ਼ੂਰੀ ਦਾ ਪਾਠ ਕਹਿੰਦੇ ਨੇ, ਉਹ ਬਹੁਤ ਔਖਾ ਹੁੰਦਾ ਕਿ ਗੁਰਬਾਣੀ ਨੂੰ ਪ੍ਰਤੱਖ ਗੁਰੂ ਨਾਨਕ ਜਾਣਦੇ ਹੋਏ, ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰ, ਉਹਨੂੰ ਹਜ਼ੂਰੀ ਦਾ ਨਾਮ ਕਹਿੰਦੇ ਨੇ। ਗੁਰੂ ਹੈ ਸੰਗ ਸਦਾ ਨਾਲੇ, ਉਹਦਾ ਸਭ ਤੋਂ ਜ਼ਿਆਦਾ ਫਲ ਹੈ। ਸੋ ਸਾਖੀ ਨਾਲ ਗੱਲ ਸਮਝ ਆ ਜਾਂਦੀ ਹੈ। ਜਿੱਥੇ ਉਜੈਨ ਨਗਰੀ ਹੈ ਨਾ, ਇੱਥੇ ਇੱਕ ਬਿਸ਼ੰਬਰ ਦਾਸ ਹੋਇਆ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਸਮੇਂ। ਇੱਥੋਂ ਦਾ ਹੀ ਰਾਜਾ ਵਿਕਰਮਾਜੀਤ, ਪਰਥਰੀ, ਗੋਪੀ ਚੰਦ ਦੀਆਂ 14 ਰਾਣੀਆਂ ਸੀ। ਹਾਲਾਂਕਿ ਗ੍ਰੰਥ ਪੜ੍ਹ ਕੇ ਦੇਖੋ, ਉਹਨਾਂ 'ਚ 1400 ਲਿਖਿਆ। ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਅਨੰਦਪੁਰ ਸਾਹਿਬ ਦੱਸਿਆ ਸੀ ਸਿੰਘਾਂ ਨੂੰ ਵੀ 14 ਰਾਣੀਆਂ ਸੀ ਉਹਦੀਆਂ। ਸੋ ਜੋ ਕੁਛ ਗੁਰੂ ਕਹਿੰਦੇ ਨੇ ਉਹ ਠੀਕ ਹੈ, ਲਿਖਤਾਂ ਵਿੱਚ ਵਾਧਾ ਘਟਾ ਉਹ ਹੋ ਹੀ ਜਾਂਦਾ। ਸੋ ਜਿਹੜਾ ਵਿਕਰਮਾਜੀਤ ਸੀ, ਇਹ ਰਾਜੇ ਸਲਵਾਨ ਦਾ, ਜਿਹੜਾ ਸਿਆਲਕੋਟ ਦਾ ਰਾਜਾ ਸਲਵਾਨ ਹੋਇਆ, ਇਹ ਦੋ ਭਰਾ ਸੀ। ਇਹਦਾ ਲੜਕਾ ਪੂਰਨਮਲ ਸੀ, ਇਹਦੇ ਚਾਚੇ ਦੀ, ਪੂਰਨ ਦੇ ਚਾਚੇ ਦੀ ਅੰਸਾ ਹੈਗੀ, ਉਸ ਉਹਦੀ ਨਹੀਂ ਹੈ। ਸੋ ਇਹ ਆਪਸ ਵਿੱਚ ਭਰਾ ਬਣੇ ਹੋਏ ਸੀ। ਸੋ ਇਸੇ ਨਗਰੀ ਦਾ ਬਿਸ਼ੰਬਰ ਦਾਸ, ਗੁਰੂ ਮਹਾਰਾਜ ਨਾਲ ਪਿਆਰ ਕਰਨ ਵਾਲਾ, ਸ਼ਾਮ ਦਾ ਵਕਤ ਹੈ, ਉਹ ਸਿੱਖ ਪਾਠ ਕਰਦਾ। ਇੱਕ ਲੱਕੜ ਦਾ ਬੰਚ ਸੀ, ਉਹਦੇ 'ਤੇ ਬੈਠਾ ਹੈ, ਬਾਣੀ ਪੜ੍ਹਦਾ ਹੈ ਬਹੁਤ ਪ੍ਰੇਮ ਨਾਲ। ਕਿਉਂਕਿ ਜਦੋਂ ਨਿਤਨੇਮ ਕਰੇ ਨਾ, ਵਿੱਚ ਗੱਲਾਂ ਨਹੀਂ ਕਰਨੀਆਂ ਚਾਹੀਦੀਆਂ, ਨਾ ਦੀਵਾਨ 'ਚ ਕਰਨੀਆਂ ਚਾਹੀਦੀਆਂ। ਲੱਗੇ ਦੀਵਾਨ ਜੋ ਬਾਤ ਚਲਾਵੇ ਕਹੇ ਗੋਬਿੰਦ ਸਿੰਘ, ਉਹ ਸਿੱਖ ਨਾ ਪਾਵੇ। ਆਮ ਸਾਡੇ ਕੀ ਹੁੰਦਾ, ਸਵੇਰੇ ਪਾਠ ਕਰਦੇ ਨੇ ਜਪੀ ਸਾਹਿਬ ਦਾ, ਮੰਨੇ ਕੀ ਗੱਲ ਕਹੀ ਨਾ ਜਾਏ, ਜੋ ਕੋ ਕਹਿ ਪਛਾ ਪਛਤਾ ਦੇ। ਚਾਹ ਬਣ ਗਈ ਕਿ ਨਹੀਂ, ਮੈਂ ਸ਼ਹਿਰ ਜਾਣਾ ਕੰਮ, ਵਿੱਚ ਹੀ ਗੱਲਾਂ ਕਰੀ ਆ ਪਾਠ ਹੋ ਰਿਹਾ। ਸੋ ਕਿੰਨਾ ਕੁ ਸਮਾਂ ਲੱਗਦਾ, ਥੋੜ੍ਹਾ ਹੀ ਲੱਗਦਾ, ਉਹ ਵਿੱਚ ਨਾ ਗੱਲਾਂ ਨਹੀਂ ਕਰਨੀਆਂ ਚਾਹੀਦੀਆਂ। ਪਾਠ ਕਰਦਾ ਆਰਾਮ ਨਾਲ ਕਰੀ ਜਾਏ, ਪੜ੍ਹਦੀਆਂ ਬਾਣੀਆਂ ਅਰਦਾਸ ਕਰ ਲਈ, ਬਸ ਠੀਕ ਹੈ। ਕੋਈ ਇਹੋ ਜਿਹੀ ਗੱਲ ਆ ਬਣੀ, ਫਿਰ ਜਪਜੀ ਸਾਹਿਬ ਕਰਦਾ ਸਾਰਾ ਪੜ੍ਹ ਕੇ, ਫਿਰ ਕੋਈ ਇਹੋ ਜਿਹੀ ਗੱਲ ਕਈ ਵਾਰੀ ਹੋ ਹੀ ਜਾਂਦਾ। ਸੋ ਇਸ ਤਰ੍ਹਾਂ ਪਾਠ ਬਿਸ਼ੰਬਰ ਦਾਸ ਜੀ ਸ਼ਾਮ ਦੇ ਵਕਤ ਰਹਿਰਾਸ ਦਾ ਕਰਦੇ। ਇੱਕ ਸਾਖੀ ਆਉਂਦੀ ਹੈ ਕਿ ਗੁਰੂ ਨਾਨਕ ਜੀ ਨੂੰ ਬਾਬਾ ਲਹਿਣਾ ਜੀ ਕਹਿਣ ਲੱਗੇ, ਮਹਾਰਾਜ ਸੁਣ ਸਮਾਧੀਆਂ ਕਹਿ ਜਿਹੀਆਂ ਹੁੰਦੀਆਂ, ਗੁਰੂ ਮਹਾਰਾਜ ਨੇ ਦਿਖਾਈਆਂ। ਕੀ ਦੇਖਿਆ ਕਿ ਧੌਣਾ ਦੇ ਵਿੱਚ ਕਿਲੇ ਲੱਗੇ ਹੋਏ ਨੇ, ਪੁੱਛਿਆ ਸੁਣ ਸਮਾਧੀਆਂ, ਕਹਿੰਦੇ ਨਹੀਂ ਮਹਾਰਾਜ, ਉਹ ਤਾਂ ਅੱਗੇ ਹੈ, ਤੁਹਾਡੇ ਕਿਲੇ ਕਿਉਂ ਲੱਗੇ ਹੋਏ ਨੇ? ਕਹਿੰਦੇ ਅਸੀਂ ਉਹ ਹੈ ਜਿਨ੍ਹਾਂ ਨੇ ਗੁਰੂ ਪੀਰਾਂ ਨੂੰ ਸਿਰ ਨਹੀਂ ਝੁਕਾਇਆ, ਰੱਬ ਦੇ ਨਾਂ ਨੂੰ ਨਾ ਅਕੜੇ ਹੀ ਰਹੇ। ਥੋੜ੍ਹਾ ਅੱਗੇ ਜਾਂਦੇ ਨੇ, ਮੂੰਹ ਪਿੱਛੇ ਨੂੰ ਨੇ, ਫਿਰ ਪੁੱਛਦੇ ਨੇ ਇਹੀ ਨੇ? ਕਹਿੰਦੇ ਨਹੀਂ, ਅਸੀਂ ਤਾਂ ਉਹ ਆ ਜਿਹੜੇ ਬੇਮੁੱਖ ਗੁਰਤੇ ਮੂੰਹ ਫੇਰੇ ਤੇ ਜੂਨ ਪਵਾਈਏ ਵਾਲੀ ਗੱਲ। ਫਿਰ ਅੱਗੇ ਜਾਂਦੇ ਨੇ, ਬਹੁਤ ਹੋਰ ਤਰ੍ਹਾਂ ਦੀਆਂ ਉਹਨਾਂ ਦੀਆਂ ਸ਼ਕਲਾਂ ਨੇ। ਉਹਨਾਂ ਦੱਸਿਆ ਵੀ ਆਹ ਕਰਮ ਆਹ ਕਰਮ, ਬੜੀ ਲੰਮੀ ਚਾਖੀ ਹੈ ਸੁਣ ਸਮਾਧੀਆਂ ਦੀ। ਫਿਰ ਇੱਕ ਤਾਂ ਆਉਂਦਾ ਉੱਥੇ ਕੋਈ ਬਹੁਤ ਅੱਛੇ ਲੋਕ ਆਏ, ਕਹਿਣ ਲੱਗੇ ਅਸੀਂ ਉਹ ਹਾਂ ਵੀ ਅਸੀਂ ਸੰਧਿਆ ਨਹੀਂ ਪੜ੍ਹੀ, ਜਿਵੇਂ ਆਪਾਂ ਰਹਿਰਾਸ ਕਹਿੰਦੇ ਹਾਂ। ਪਿਛਲੇ ਯੁੱਗਾਂ ਵਿੱਚ ਸੰਧਿਆ ਪੜ੍ਹਦੇ ਹੁੰਦੇ, ਸ਼ਾਮ ਦੇ ਵਕਤ ਹੁੰਦੇ ਪਾਠ, ਜਿਵੇਂ ਕੋਈ ਗਾਇਤਰੀ ਦਾ ਕਰਦਾ ਹੁੰਦਾ। ਗਾਇਤਰੀ ਦਾ ਪਾਠ ਜਿਹੜਾ ਹੈ 32 ਅੱਖਰਾਂ ਦੇ ਵਿੱਚ ਹੈ। ਜਪਜੀ ਸਾਹਿਬ ਜਿਹੜਾ ਗੁਰੂ ਨਾਨਕ ਜੀ ਨੇ, ਇਹ ਵੀ 32 ਅੱਖਰਾਂ ਦੇ ਵਿੱਚ ਉਚਾਰਿਆ, 38 ਪੌੜੀਆਂ। ਹਾਲਾਂਕਿ ਗੁਰਮੁਖੀ ਦੇ 35 ਅੱਖਰ ਨੇ, ਜਪਜੀ ਸਾਹਿਬ ਵਿੱਚ 3 ਅੱਖਰ ਹੈ ਨਹੀਂ, ਕੇਵਲ 32 ਅੱਖਰਾਂ ਵਿੱਚ ਹੈ। ਕਲਯੁਗ ਦੀ ਗਾਇਤਰੀ ਹੈ, ਇਹਨੂੰ ਪੜ੍ਹ ਲਓ ਪਿਆਰ ਨਾਲ, ਦੁੱਖਾਂ ਕਲੇਸ਼ਾਂ ਵਿਘਨਾਂ ਦਾ ਨਾਸ।
ਸੋ ਕਹਿੰਦੇ ਅਸੀਂ ਸੰਧਿਆ ਨਹੀਂ ਪੜ੍ਹੀ, ਇਸ ਕਰਕੇ ਸਾਨੂੰ ਫਿਰ ਦਰਗਾਹ 'ਚੋਂ ਭੇਜ ਦਿੰਦੇ ਨੇ। ਇਹ ਜ਼ਰੂਰ ਪੜ੍ਹਨਾ ਚਾਹੀਦਾ। ਉਹ ਹੁਣ ਕੀ ਹੋ ਗਿਆ ਸ਼ਾਮ ਦੇ ਵਕਤ, ਹੁਣ ਤਾਂ ਸਾਧ ਸੰਗਤ ਤੋਂ ਹੋਰ ਹੀ ਗੱਲਾਂ ਹੋ ਗਈਆਂ। ਸਾਰਾ ਸਾਰਾ ਟੱਬਰ ਸ਼ਾਮ ਨੂੰ ਬੈਠੇ ਰਹਿੰਦੇ ਨੇ ਟੈਲੀਵਿਜ਼ਨਾਂ ਦੇ ਘਰੇ, ਕੀ ਵੇਖਦੇ ਨੇ, ਕੀ ਇਹਨਾਂ ਨੂੰ ਮਿਲਣਾ, ਉਹੋ ਜਿਹੇ ਖਿਆਲ, ਜਿਹੋ ਜਿਹੀਆਂ ਫੋਟੋ ਦੇਖਦੇ ਨੇ, ਜਿਹੋ ਜਿਹੋ ਰੰਗਰਲੀਆਂ ਜਿਹੀਆਂ ਦੇਖਦੇ ਨੇ, ਉਹ ਜਿਹੇ ਇਹਨਾਂ ਦੇ ਮਨ, ਉਹ ਜਿਹੇ ਫੁਰਨੇ, ਉਹ ਜਿਹੇ ਸੁਪਨੇ, ਉਹ ਜਿਹੇ ਵਿਚਾਰ, ਉਹ ਜਿਹੇ ਖਿਆਲ। ਸੋ ਜੇ ਪਾਠ ਕਰਨ ਲੱਗ ਜਾਏ ਸ਼ਾਮ ਦੇ ਵਕਤ, ਇਹਦਾ ਧਿਆਨ ਕਿ ਕੁਦਰਤੀ ਗੁਰੂ ਨਾਨਕ ਜੀ ਵੱਲ, ਦਸੇ ਪਾਤਸ਼ਾਹੀ ਹੈ, ਗੁਰੂ ਵੱਲ ਜਾਏਗਾ, ਕਿਉਂਕਿ ਬਾਣੀ ਹੈ ਹੀ ਗੁਰੂ ਸਰੂਪ। ਸੋ ਜੋ ਪਾਠ ਕਰਦਾ ਨਾ ਬਿਸ਼ੰਬਰ ਦਾਸ, ਉਹ ਬੜੇ ਪ੍ਰੇਮ ਨਾਲ ਕਰਦਾ, ਜਿਵੇਂ ਆਪਾਂ ਕਰਦੇ ਨਾ, ਐਂ ਨਹੀਂ ਜੀ ਕਰਦਾ ਨਾ, ਬਹੁਤ ਪ੍ਰੇਮ ਨਾਲ ਪੜ੍ਹਦਾ। ਤੋ ਉਹਦੇ ਵਿੱਚ ਇਸ ਤਰ੍ਹਾਂ ਦੇ ਨਾਲ ਬਚਨ ਆਉਂਦੇ ਨੇ, ਦੁੱਖਾਂ ਦੀ ਬਣੇਗੀ ਦਾਰੂ, ਸੁੱਖ ਤੇਰੇ ਰੋਗ ਹੋਣਗੇ ਜੀ, ਤੇਰੇ ਦੁੱਖਾਂ ਦੀ ਬਣੇਗੀ ਦਾਰੂ, ਸੁੱਖ ਤੇਰੇ ਰੋਗ ਹੋਣਗੇ, ਤੇਰੇ ਦੁੱਖਾਂ ਦੀ ਬਣੇਗੀ ਦਾਰੂ ਜੀ, ਬਣੇਗੀ ਦਾਰੂ, ਸੁੱਖ ਤੇਰੇ ਰੋਗ ਹੋਣਗੇ, ਤੇਰੇ ਦੁੱਖਾਂ ਦੀ ਬਣੇਗੀ, ਸੁੱਖ ਤੇਰੇ ਰੋਗ ਹੋਣਗੇ, ਜਾਤ ਮੇ ਜੋਤ, ਜੋਤ ਮੇ ਜਾਤਾ, ਸਰੀਰ ਵਿੱਚ ਜੋਤ, ਇਹ ਸਰੀਰਾ ਮੇਰਾ, ਹਰ ਤੁਮੇ ਜੋਤ ਰੱਖੀ, ਤਾਂ ਤੂੰ ਜੱਗ ਮੇ ਆਇਆ। ਉਹ ਜੋਤ ਜਿਹੜੀ ਹੈ ਨਾ, ਉਹ ਮਨ ਦੇ ਵਿੱਚ ਹੈ। ਤਨ ਮੇ ਮਨ, ਮਨ ਮੇ ਸਾਚਾ, ਸੋ ਸਾਚਾ ਮੇਰ ਸਾਰੇ ਰਾਚਾ। ਅਲਪ ਮਨ ਜਿਹੜਾ ਹੈ, ਸਾਡੇ ਪੰਜ ਤੱਤ ਨੇ, ਮਿੱਟੀ ਪਾਣੀ ਅੱਗ ਹਵਾ ਕਾਸ, ਇਹਦੀ ਅੰਸ਼ ਹੈ ਅਲਪ ਮਨ। ਮਨ ਮਰੇ ਤਾਤ ਮਰ ਜਾਏ। ਜਿਹੜਾ ਅਸਲੀ ਮਨ ਹੈ ਉਹਨੂੰ ਮਹਿਤ ਮਨ ਕਹਿੰਦੇ ਨੇ, ਆਤਮਾ ਦੀ ਅੰਸ਼, ਉਹ ਨਹੀਂ ਮਰਦਾ। ਨਾ ਮਨ ਮਰੇ ਨਾ ਮਾਰਿਆ ਜਾਏ। ਉਹਦੇ ਵਿੱਚ ਜਿਹੜੀ ਜੋਤ ਹੈ ਨਾ, ਜਿਹੜਾ ਸਿਮਰਨ ਕਰਦਾ ਕਰਦਾ ਸਤਸੰਗ ਜੀ ਉੱਥੋਂ ਤੱਕ ਪਹੁੰਚ ਜਾਂਦਾ ਹੈ, ਉਹ ਨਾ ਆਉਂਦਾ ਹੈ, ਨਾ ਜਾਂਦਾ ਹੈ, ਨਾ ਜੰਮਦਾ ਹੈ, ਨਾ ਮਰਦਾ। ਜਾਤ ਮੇ ਜੋਤ, ਜੋਤ ਮੇ ਜਾਤਾ, ਅਕਲ ਕਲਾ ਪਰ ਬੂਰਿਆ, ਤੂੰ ਸੱਚਾ ਸਾਹਿਬ ਸਿਫਤ ਸਵਾਲੇ, ਉਹਨੂੰ ਜਿੰਨ ਕੀਤੀ ਸੋ ਪਾਰ ਪਿਆ। ਜੇ ਉੱਥੋਂ ਤੱਕ ਨਹੀਂ ਪਹੁੰਚਿਆ, ਅਲਪ ਮਨ ਤੱਕ ਹੀ ਹੈ ਜਿਹੜਾ ਬੁਰੇ ਫੁਰਨੇ ਬਣਾਉਂਦਾ, ਫਿਰ ਤਾਂ ਆਉਣਾ ਜਾਣਾ ਫਾਈਆਂ ਗਲ ਵਿੱਚ ਪਈਆਂ ਹੀ ਰਹਿੰਦੀਆਂ। ਮਹਾਰਾਜ ਜੀ ਹੈ ਕਿਰਪਾ ਕਰਨ। ਸੋ ਉਹਦਾ ਬਿਸ਼ੰਬਰ ਦਾਸ ਜੀ ਦਾ ਲੜਕਾ ਹਰਗੋਪਾਲ ਉਹਦਾ ਨਾਂ ਹੈ, ਉਹ ਕਹਿੰਦਾ ਪਿਤਾ ਜੀ ਪਹਿਲਾਂ ਮੇਰੀ ਗੱਲ ਸੁਣੋ, ਪਾਠ ਕਰਿਓ ਫਿਰ। ਉਹ ਵਿੱਚ ਬੋਲਦਾ ਨਹੀਂ, ਉਹ ਪਾਠ ਕਰੀ ਜਾਂਦਾ। ਉਹ ਫਿਰ ਥੋੜ੍ਹਾ ਜਿਹਾ ਚਿਰ ਲੰਘਿਆ, ਪਿਤਾ ਜੀ ਮੇਰੀ ਗੱਲ ਸੁਣੋ, ਪਾਠ ਤਾਂ ਤੁਸੀਂ ਰੋਜ਼ ਕਰਦੇ ਹੀ ਰਹਿੰਦੇ। ਜਦੋਂ ਜ਼ਿਆਦਾ ਹੀ ਕਿਹਾ, ਉਹਨੇ ਇਸ਼ਾਰਾ ਕੀਤਾ ਵੀ ਬਹਿ ਜਾ, ਜਾਂ ਪਾਠ ਹੋ ਗਿਆ। ਅਰਦਾਸ ਕੀਤੀ ਬਿਸ਼ੰਬਰ ਦਾਸ ਨੇ, ਜੋ ਵੀ ਵਿਚਾਰੇ ਨੂੰ
करनी बनती सी, अरदास हमेशा खड़े होके कीती जाती। तिसे अगे नानका खले खिच अरदास कि लम्मे पे ही कर छड़दन, उन्हों की अपनी मर्जी है। सो इस तरह अरदास कीती। उसके बाद कहन लगे, काका बेटा दस हुण दस भी की काम है। भी चई वजह मर जाता सी, तैनूं पता सी मैं पाठ करदा बाणी पढ़दा गुरुआं दी, विच गल्लां नहीं करी दियां, तू क्यों बुलाउंदा सी बार बार। कहिंदे पिता जी ख्याल आ गया, अज मैं गया बाहर दूर खेतां च, गां चला गया जंगल जिहदे विच, उत्थे अज मैनूं इक जोगी मिलिया। ਉਹ ਮੇਰੀ ਗੱਲ ਤੁਸੀਂ ਪਿਤਾ ਜੀ ਧਿਆਨ ਨਾਲ ਸੁਣੋ। ਉਹ ਜੋਗੀ ਕਹਿਣ ਲੱਗਾ, ਜੇ ਤੂੰ ਮੇਰੇ ਕੋਲ ਲੈ ਲਵੇਂ ਨਾਮ, ਮੈਂ ਤੇਰੇ ਕੰਨ 'ਚ ਦੇ ਦਿੰਦਾ ਐਸਾ ਕੁਛ ਮੰਤਰ, ਉਹਦਾ ਸਿਮਰਨ ਕਰੀ, ਵੇਖ ਫਿਰ ਕਿਵੇਂ ਬਣ ਗਈਆਂ ਗੱਲਾਂ। ਫਿਰ ਉਹਨਾਂ ਦੱਸਿਆ ਵੀ ਬੜੀ ਬੜੀ ਸ਼ਕਤੀ ਆ ਜਾਂਦੀ ਹੈ, ਇਸ ਤਰ੍ਹਾਂ ਹੁੰਦਾ, ਮੈਂ ਤੈਨੂੰ ਸਵਾਸ ਚੜਾਉਣ ਨੂੰ ਦੱਸ ਦਿੰਦਾ। ਅਤੇ ਉਹ ਸਵਾਸ ਜਿਹੜਾ ਹੈ ਨਾ, ਥੋੜ੍ਹਾ ਜਿਹਾ ਮਨ ਨਾਲ ਹੱਟ ਕਰਨਾ ਪੈਂਦਾ, ਉਹ ਕਾਕਾ ਚੜ ਜਾਂਦੇ ਨੇ। ਅੱਜ ਮੈਂ ਡੱਡੂ ਵੀ ਚੜ੍ਹਾ ਲੈਂਦੇ ਨੇ, ਬਰਸਾਤਾਂ 'ਚ ਨਿਕਲਦੇ ਹੁੰਦੇ ਨੇ। ਸਵਾਸ ਚੜ੍ਹਾ ਲਓ, ਨਾ ਭੁੱਖ ਨਾ ਪਿਆਸ, ਜੰਮਣ ਮਰਨ ਦੇ ਕੋ ਭੁੱਖ ਪਿਆਸ ਪ੍ਰਾਣ। ਉਹਦੇ ਵਿੱਚ ਵਿਚਾਰ ਵਾਲੀ ਗੱਲ ਇਹ ਹੈ ਵੀ ਕਿਵੇਂ ਕਰਿਆ ਜਾਵੇ। ਸੋ ਮੈਨੂੰ ਜੋਗੀ ਜੀ ਨੇ ਦੱਸਿਆ ਵੀ ਕਾਕਾ, ਜੇ ਤੂੰ ਬਣ ਜਾਏ ਮੇਰਾ ਚੇਲਾ, ਸਾਡੇ ਗੋਰਖ ਮਤ ਨੂੰ ਅਸੀਂ ਮੰਨਦੇ ਹਾਂ, ਸੋ ਮੈਂ ਤੈਨੂੰ ਸਵਾਸ ਚੜ੍ਹਾਉਣੇ ਦੱਸ ਦਿੰਦਾ। ਐਵੇਂ ਤੇਰਾ ਪਿਓ ਪਾਠ ਕਰਦਾ ਰਹਿੰਦਾ, ਮੈਂ ਅੱਖਾਂ ਮੀਚ ਕੇ ਸਵਾਸ ਚੜ੍ਹਾ ਨਹੀਂ, ਲਾਸ ਮਾਧੀਆਂ ਵੇਖ ਗੱਲ ਬਣਦੀ। ਸੋ ਪਿਤਾ ਜੀ ਮੇਰਾ ਜੀ ਉਹ ਕਰਦਾ, ਮੈਂ ਉਹਦਾ ਚੇਲਾ ਬਣ ਜਾਵਾਂ ਅਤੇ ਸਵਾਸ ਚੜ੍ਹਾਉਣੇ ਆ ਜਾਣਗੇ, ਬੈਠਾ ਰਹੂ ਕਿੰਨੇ ਕਿੰਨੇ ਦਿਨ। ਕਹਿੰਦੇ ਕਾਕਾ ਮੇਰੀ ਸੁਣ ਗੱਲ, ਮੈਂ ਦੱਸ ਦਿੰਦਾ ਤੈਨੂੰ ਸਵਾਸ ਚੜ੍ਹਾਉਣੇ, ਇਹ ਕੋਈ ਔਖਾ ਨਹੀਂ ਹੈ। ਪਰ ਸਾਡੇ ਰਸਤਾ ਗੁਰੂ ਘਰ ਵਿੱਚ ਹੋਰ ਤਰ੍ਹਾਂ ਦਾ, ਸਵਾਸ ਵੀ ਚੜ੍ਹਾਏ ਜਾਂਦੇ ਨੇ ਪਰ ਇਸ ਤਰ੍ਹਾਂ ਨਾ ਜਿਸ ਤਰ੍ਹਾਂ ਤੂੰ ਕਹਿੰਦਾ। ਇਹ ਮਨ ਦੇ ਹੱਠ ਨਾਲ ਸਾਹ ਤਾਂ ਛੇਤੀ ਚੜ੍ਹ ਜਾਂਦੇ ਨੇ, ਪਰ ਬੇਟਾ ਮਨ ਨਿਰਮਲ ਨਹੀਂ ਹੁੰਦਾ। ਮਨ ਮੈਲਾ ਦਸਵੇਂ ਵਾਸਾ, ਜੇ ਮਾਲ ਮੈਲਾ ਮਨ ਸਮਾਧੀਆਂ ਲਾਉਣ ਲੱਗ ਜਾਏ ਹੱਟ ਜਾ ਕਰਕੇ, ਗੱਲ ਤਾਂ ਨਹੀਂ ਬਣਨੀ। ਦੇਖ ਇਹਨਾਂ ਦਾ ਵੱਡਾ ਹੋ ਗਿਆ ਗੋਰਖ ਜੀ, ਗੋਰਖ ਦਾ ਗੁਰੂ ਹੋਇਆ ਮਛਿੰਦਰ ਨਾਥ। ਉਹ ਮਛਿੰਦਰ ਨਾਥ ਲੰਮੀਆਂ ਲੰਮੀਆਂ ਸਮਾਧੀਆਂ ਲਾਉਂਦਾ ਹੁੰਦਾ। ਅੱਜ ਸਮਾਧੀ ਤੋਂ ਉੱਠਿਆ, ਪੁੱਛਿਆ ਵੀ ਸਾਰੇ ਰਾਜੀ ਖੁਸ਼ੀ ਹੈ। ਚੇਲਿਆਂ ਨੇ ਦੱਸਿਆ ਵੀ ਮਹਾਰਾਜ ਲੰਕਾ ਦਾ ਰਾਜਾ ਅਮਰੂ ਚੜ੍ਹਾਈ ਕਰ ਗਿਆ। ਕਹਿੰਦੇ ਅੱਛਾ, ਤਾਂ ਫਿਰ ਚੱਲਣਾ ਚਾਹੀਏ ਉੱਥੇ। ਸੋ ਉਹਨੇ ਮਛਿੰਦਰ ਨਾਥ ਨੇ ਬੇਟਾ ਆਪਣਾ ਸਰੀਰ ਪਹਾੜ ਦੀ ਕੰਦਰ ਵਿੱਚ ਰੱਖ ਕੇ ਉਹ ਰੂਹ ਕੱਢ ਲੈਂਦਾ ਹੁੰਦਾ। ਉਹ ਜਿਹੜਾ ਮਰਿਆ ਸੀ ਰਾਜਾ ਅਮਰੂ ਲੰਕਾ ਦਾ ਬਾਦਸ਼ਾਹ, ਉਹਦੇ ਵਿੱਚ ਵੜ ਗਿਆ। ਉਹ ਉੱਠ ਪਿਆ, ਰਾਣੀਆਂ ਨੂੰ ਬੜੀ ਖੁਸ਼ੀ ਹੋਈ ਵੀ ਜਿੰਦਾ ਹੋ ਗਿਆ। ਉੱਥੇ ਇਹਦਾ ਬਾਲ ਬੱਚਾ ਵੀ ਹੋਇਆ, ਕਾਮ ਦੀ ਬਿਰਤੀ 'ਚੋਂ ਤਾਂ ਨਿਕਲ ਨਾ ਸਕਿਆ, ਇਹੋ ਜਿਹੀ ਸਮਾਧੀਆਂ ਨੂੰ ਕੀ ਕਰਨਾ। ਉਹ ਫਿਰ ਉੱਥੇ ਇਹਦੇ ਨਿਆਣੇ ਵੀ ਹੋਏ। ਗੋਰਖ ਜੀ ਜਿਹੜੇ ਬੜੇ ਬੰਦਗੀ ਵਾਲੇ ਸਨ, ਕਾਨੀ ਕੱਪ ਨੇ ਤਾਨਾ ਮਿਹਣਾ ਮਾਰਿਆ, ਤੇਰਾ ਗੁਰੂ ਹੈ ਉੱਥੇ ਰਾਣੀਆਂ 'ਚ ਇਸ ਤਰ੍ਹਾਂ ਦੇ ਨਾਲ ਕਰਦਾ, ਮੈਂ ਜਾਣਦਾ ਤੈਨੂੰ। ਉੱਥੇ ਉਹਨੇ ਪਾਬੰਦੀ ਲਾਈ ਹੋਈ ਸੀ ਵੀ ਜਿਹੜਾ ਇੱਥੇ ਸਾਡੇ ਲੰਕਾ ਵਿੱਚ ਆਵੇ ਕੰਨ ਪਾਟਾ ਜੋਗੀ ਤਾਂ ਆਉਣਾ ਨਹੀਂ ਚਾਹੀਦਾ, ਬੜੀ ਸਖਤਾਈ ਹੈ। ਫਿਰ ਉੱਥੇ ਜਿਹੜੇ ਗਾਉਣ ਵਾਲੇ ਨਾ ਬੇਟਾ, ਉਹਨਾਂ ਦੇ ਨਾਲ ਮਿਲ ਕੇ ਗੋਰਖ ਨਾਥ ਢੋਲਕੀ ਵਜਾਉਣੀ ਸਿੱਖ ਕੇ ਉੱਥੇ ਗਿਆ। ਹੁਣ ਜਦੋਂ ਰਾਜੇ ਨੇ ਸੁਣੇ ਗਾਉਣ, ਉਹ ਤਾਂ ਸਿੱਧਾ ਹੀ ਤਫਾ ਵਜਾ ਕੇ ਵਜਾਵੇ, ਜਾਗ ਮਛਿੰਦਰ ਗੋਰਖ ਆਇਆ, ਜਾਗ ਮਛਿੰਦਰ ਵੀ ਆ ਕਿੱਥੋਂ ਗਿਆ, ਮੈਂ ਤਾਂ ਲਾਇਆ ਪਹਿਰਾ। ਉਹਨੇ ਫੜ ਲਿਆ ਕਿ ਸਾਡਾ ਤਾਂ ਤੂੰ ਸੱਤਿਆਨਾਸ ਕਰਤਾ, ਚੰਗੀਆਂ ਸਮਾਧੀਆਂ ਲਾਉਂਦਾ, ਇਹੋ ਜਿਹੇ ਕੰਮ ਚੱਲ ਮੇਰੇ ਨਾਲ। ਉਹ ਬੜੀ ਲੰਮੀ ਸਾਖੀ, ਉਹਦੇ ਮੁੰਡੇ ਮੁੰਡੇ ਵੀ ਮਾਰ ਮੂਰ ਛੱਡੇ ਸੀ ਗਾਂ ਜਾ ਕੇ। ਸੋ ਮੈਂ ਇਹਨਾਂ ਦੇ ਸਿਰੇ ਦੀ ਗੱਲ ਦੱਸਣਾ, ਐ ਮੈਂ ਤੈਨੂੰ ਦੱਸ ਦਿੰਦਾ ਬੇਟਾ, ਪੰਜ ਚਾਰ ਦਿਨ ਲੱਗਣੇ ਨੇ, ਲੈ ਚੜ੍ਹਾ ਲੈ ਸਾਫ, ਜਦੋਂ ਤੇਰੇ ਸਵਾਸ ਥੱਲੇ ਉਤਰੇ ਤੇਰੀਆਂ ਵਾਸ਼ਨਾਵਾਂ ਉਹੀ ਰਹਿਣੀਆਂ, ਕਾਮ ਵਾਲੀਆਂ, ਕ੍ਰੋਧ ਵਾਲੀਆਂ, ਲੋਭ ਵਾਲੀਆਂ, ਮੋਹ ਵਾਲੀਆਂ, ਹੰਕਾਰ ਵਾਲੀਆਂ। ਜੇ ਤੂੰ ਖੁੱਲ੍ਹੀਆਂ ਅੱਖਾਂ 'ਤੇ ਨਾਮ ਦੀ ਕਮਾਈ ਕਰੇ, ਸਾਧ ਸੰਗਤ ਦੀ ਸੇਵਾ ਕਰੇ, ਮਨ ਤੇਰਾ ਹੋ ਜਾਏ ਨਿਰਮਲ, ਫਿਰ ਵੇਖ ਬਣ ਗੱਲ ਬਣਦੀ, ਫਿਰ ਤੂੰ ਲਾ ਸਮਾਧੀ। ਸਹਿਜ ਸਮਾਧ ਲੱਗੀ ਲਿਵ ਅੰਤਰ, ਸੋ ਰਸ ਸੋਈ ਜਾਣਾ।
फिर गल होर बन जाएगी, इस तरह नहीं करीदा हुंदा। सो फिर जो तू देखेगा ना, तेरी दृष्टि विच इन्नी सत्या होएगी, तेनू कोई बुरा नज़र नहीं आना, तेनू कोई माड़ा फुरना नहीं आना, क्योंकि मन निर्मल हो जाना। निर्मल मन दिया तरंगा जड़ियाँ अखां रस्ते तेरी दृष्टि जड़ी है ना, उहदे च भी फर्क। दृष्टि तो काका कई किस्म की होंगी, एक चम दृष्टि होंगी है, चम दृष्टि वाले बहुत छेती डिगदे होंदे ने। दूसरा जड़ा हुंदी है वह सम दृष्टि हुंदी है, सारयां नूं इक्को जिहा दुखी दा हुंदा। तीसरी जड़ी है वह ज्ञान दृष्टि हुंदी है, ज्ञान दे नाल देखना भी सारियां आत्मा ही ने, सारियां शरीरां विच प्रभु दी अंश है, कहो कबीर राम राम की अंश। चौथी जड़ी है वह ध्यान दृष्टि हुंदी है, ध्यान दे रस्ते इहनूं देखना। पंजवीं जो हुंदी है वह दिव्य दृष्टि हुंदी है, जदों दिव दृष्टि गुरु महाराज दे दिन, फिर रब तो बिना इत्थे कोई है ही नहीं, ना होया ना है ना होगा। सो इस तरह ये कई किस्म दी 12-13 बन दियां ने हौली हौली, कि किस तरह की दृष्टि है। सो साह चढ़ा लै, बह जा उत्थे, जदों तू उठिया मछिंद्र बाबू कोई ना कोई चंद्रमा ही चढ़ाएगा। सो काका ना ऐ नहीं, पिता जी फिर तुसी रस्ता दसो, कहिंदे देखो अज कल गुरु गोबिंद सिंह महाराज जी आनंदपुर साहब दर्शन दे रहे हैं, उत्थे जा। कहिंदा ठीक, फिर एक मैं तैनूं होर गल दसां, जदों गुरु महाराज 9 साल दे सी, अपने पिता गुरु तेग बहादुर जी नूं सीस देण वास्ते दिल्ली कर लिया। रंगजेब सी राजा, वो बड़ा लौंदा, सवा सवा बण च नेव लाउंदा, धक्के नाल मुसलमान बनाउंदा, फौज चप्पे चप्पे ते लाई हुई, मंदिर ढाई जांदा, मसीतां बनाई जांदा। 500 विद्वान कश्मीर तों इकट्ठे हो के महाराज कोल आए सी, फिर महाराज उत्थे गए सी दिल्ली। जे किसे तरह मन जाण सारे हिंदुस्तान दे हिंदू, असीं आपे मुसलमान बन जावांगे। सो फिर इन्हां दे पिता जी ने, गुरु तेग बहादुर जी ने सीस दित्ता, उदों होर तां ना कोई दे सकिया, पिंजरे च रहे कई दिन। सो फिर महाराज इस तरह पुत्र सीस दिंदे ने, सो उन्हां दे साहिबजादे ने अज कल गुरु गोबिंद सिंह जी ने, उत्थे जा। हाँ एक गल होर है कि मेरे कोलों कुछ पैसे लै जा, मैं तेनू दिना 200 रुपया, ये दसवंध है, ये उत्थे गुरु के लंगर विच पा दी, तन के पागी, चार है निरपचोर तन आग जा।